ਬਹੁਤ ਸਾਰੀਆਂ ਦੁਆਵਾਂ ਹਾਰ ਗਈਆਂ ਲੱਗਦਾ ਤਾਂ ਚਲੋ ਰੱਬ ਜੋ ਕਰਦਾ ਚੰਗਾ ਕਰਦਾ ਪਤਾ ਨਹੀਂ ਕੀ ਉਹਨੂੰ ਕੁਛ ਦੋ ਪਲ ਸ਼ਿੰਦਾ ਜੀ ਦੇ ਤੁਹਾਡੇ ਨਾਲ ਉਹਨਾਂ ਦੀ ਯਾਦਾਂ ਬਹੁਤ ਯਾਦਾਂ ਨੇ ਬਹੁਤ ਸਾਰੀਆਂ ਯਾਦਾਂ ਨੇ ਕਿਹੜੀ ਯਾਦ ਕਰਾਂ ਮੈਂ ਕਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ ਸਭ ਤੋਂ ਜਿਹੜੀ ਲੇਟੈਸਟ ਯਾਦ ਆ ਕਿ ਦੀਪ ਹੋਸਪਿਟਲ ਦੇ ਵਿੱਚ ਸੀਗੇ ਮੈਂ ਪਹੁੰਚਿਆ ਸੀ ਮੇਰਾ ਨਾਮ ਲਏ ਤੇ ਉਹਨਾਂ ਨੇ ਹੱਥ ਖੜਾ ਕੀਤਾ ਵੀ ਮੈਂ ਪਛਾਣ ਲਿਆ ਜੀ ਮੈਨੂੰ ਸੀ ਕਿ ਉੱਠ ਖੜਨਗੇ ਜੀ ਔਰ ਮੈਂ ਪੋਜ਼ਿਟਿਵ ਸੀ ਕਿ ਹਾਂ ਠੀਕ ਹੋ ਜਾਣਗੇ ਤੇ ਮੈਂ ਲਗਾਤਾਰ ਮੈਂ ਬਾਹਰ ਸੀ ਲਗਾਤਾਰ ਇਨ ਟੱਚ ਰਿਹਾ DMC ਦੇ ਜਦੋਂ ਸ਼ਿਫਟ ਕਰ ਗਏ ਜੀ ਉਦੋਂ ਮਨ ਡੋਲ ਗਿਆ ਸੀ ਪਰ DMC ਦੇ ਡਾਕਟਰ ਨੇ ਸਾਡੇ ਮਿੱਤਰ ਉਹਨਾਂ ਨਾਲ ਇਨ ਟੱਚ ਸੀ ਮੈਂ ਜੀ ਡੇ ਬਾਈ ਡੇ ਦੀ ਖਬਰ ਮਿਲਦੀ ਰਹੀ ਪਰ ਉਹਨਾਂ ਦੀ ਜਿਹੜੀ ਸਿਹਤ ਸੀ ਡਿਟੀਰੀਓਰੇਟ ਹੁੰਦੀ ਸੀ ਡਿੱਗਦੀ ਗਈ ਅਖੀਰ ਛੱਡ ਗਏ ਸਾਥ ਪੰਜਾਬ ਦੀ ਉਹ ਇੱਕ ਮਾਲਾ ਹੀਰਿਆਂ ਦੀ ਜਿਹਦੇ 'ਚੋਂ ਇੱਕ ਹੀਰਾ ਹੋਰ ਕੱਟ ਹੋ ਗਿਆ ਜੀ ਆਪਣੇ ਆਪ 'ਚ ਹੀਰਾ ਕਹਿ ਸਕਦੇ ਹੋ ਬਹੁਤ ਬਹੁਤ ਸ਼ਿੰਦਾ ਭਾਅ ਜੀ ਬਹੁਤ ਡਾਊਨ ਟੂ ਅਰਥ ਬਹੁਤ ਵਧੀਆ ਇਨਸਾਨ ਸੀ ਬਹੁਤ ਪਿਆਰਾ ਜਿੱਥੋਂ ਤੱਕ ਉਹਦਾ ਵਾਹ ਲੱਗਦੀ ਸੀ ਉਹ ਕਿਸੇ ਦਾ ਸਾਥ ਦੇਣ ਨੂੰ ਦਿੰਦਾ ਸੀ ਜੀ ਪਟਿਆਲੇ ਆਉਣਾ ਘਰੇ ਆਉਣਾ ਮਿਲਣਾ ਔਰ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਮੈਂ ਆਪਦੀ ਬੇਟੀ ਦਾ ਵਿਆਹ ਰੱਖਣ ਦੀ ਕੋਸ਼ਿਸ਼ 'ਚ ਹਾਂ ਜੀ ਤਾਂ ਇੱਕੋ ਇੱਕ ਗਾਇਕ ਨੇ ਜਿਹੜੇ ਆਏ ਸੀ ਘਰੇ ਉਹਨਾਂ ਕੋਲ ਪਤਾ ਨਹੀਂ ਕਿੰਨੇ ਕੁ ਪੈਸੇ ਸੀ ਪਰ ਮੈਨੂੰ ਬੈਗ ਫੜਾਇਆ ਸੀ ਵੀ ਪੈਸੇ ਰੱਖ ਲਾ ਮੈਂ ਨਹੀਂ ਵੀਰ ਜੀ ਤੁਹਾਡਾ ਸਿਰਫ ਸਾਥ ਚਾਹੀਦਾ ਆਸ਼ੀਰਵਾਦ ਚਾਹੀਦਾ ਜੀ ਕਹਿੰਦੇ ਮੈਂ ਰਹੂੰਗਾ ਔਰ ਸੱਚੀ ਮੁੱਚੀ ਉਹ 3-4 ਦਿਨ ਰਹੇ ਸੀ ਜੀ ਮੇਰੇ ਕੋਲ ਨਹੀਂ ਰਹੇ ਪਟਿਆਲੇ 'ਚ ਕਿਹਦੇ ਕੋਲ ਰਹਿੰਦੇ ਸੀ ਜਾਂ ਲੁਧਿਆਣੇ ਆਉਂਦੇ ਸੀ ਦੱਸਿਆ ਨਹੀਂ ਪਰ ਉਹਨਾਂ ਨੇ 3-4 ਫੰਕਸ਼ਨਸ 'ਚ ਆਏ ਨੇ ਉਹ ਇੱਦਾਂ ਦੇ ਇਨਸਾਨ ਦੀਆਂ ਯਾਦਾਂ ਬਹੁਤ ਨੇ ਮੇਰੀਆਂ ਇੱਕ ਵਾਰੀ ਮੈਨੂੰ ਘਰੇ ਬੁਲਾ ਲਿਆ ਮੈਂ ਅੰਮ੍ਰਿਤਸਰ ਸੀ ਕੋਈ ਵਿਆਹ ਸੀ ਸਾਡਾ ਸਾਂਝਾ ਜੀ ਤੂੰ ਘਰੇ ਆ ਜਾ ਤੇ ਮੈਂ ਦਿੱਤੇ ਟਾਈਮ ਮੁਤਾਬਕ ਪਹੁੰਚ ਗਿਆ ਜੀ ਵਿਆਹ 'ਤੇ ਲੇਟ ਜਾਣਾ ਸੀ ਜੀ ਤੁਰਦਿਆਂ ਤੁਰਦਿਆਂ ਸਾਨੂੰ ਭੈਣ ਹੋਣਾਂ ਨੇ ਰੋਟੀ ਖਵਾਈ ਚਟਣੀ ਦੇ ਨਾਲ ਜੀ ਮਿੱਸੀ ਰੋਟੀ ਜੀ ਸਾਰੀ ਉਮਰ ਮਤਲਬ ਇਹ ਗੱਲ ਕੋਈ 20 ਸਾਲ ਪੁਰਾਣੀ ਹੋਣੀ ਹੈ ਸਾਰੀ ਉਮਰ ਉਹ ਤੂੰ ਆਈ ਛੋਟੇ ਚਟਣੀ ਨਾਲ ਰੋਟੀ ਖਾਵਾਂਗੇ ਨਾ ਉਹਨਾਂ ਤੋਂ ਖਵਾ ਹੋਈ ਨਾ ਮੇਰੇ ਤੋਂ ਬਾਅਦ ਨਸੀਬ ਤੋਂ ਜਾ ਹੋਇਆ ਮੁੜ ਕੇ ਨਸੀਬ 'ਚ ਨਹੀਂ ਸੀ ਬਸ ਬਹੁਤ ਨਹੀਂ ਯਾਦਾਂ ਚਲੇ ਇਹ ਜਿਹੜੀਆਂ ਯਾਦਾਂ ਨੇ ਕਿਤੇ ਨਾ ਕਿਤੇ ਸਾਰੀ ਉਮਰ ਵਾਸਤੇ ਨਰਮ ਅੱਖਾਂ ਦੇ ਗਏ ਜਦੋਂ ਵੀ ਕਿਤੇ ਉਹਨਾਂ ਦਾ ਨਾਮ ਲਵਾਂਗੇ ਉਹ ਯਾਦਾਂ ਜਿਹੜੀਆਂ ਕਿਤੇ ਨਾ ਕਿਤੇ ਤਾਜ਼ਾ ਹੁੰਦੀਆਂ ਰਹਿਣਗੀਆਂ ਸਕਰੀਨ 'ਤੇ ਪਏ ਨੇ ਤਵਿਆਂ 'ਚ ਪਏ ਨੇ ਕੈਸਟਾਂ 'ਚ ਪਏ ਨੇ ਲੋਕਾਂ ਦੇ ਰੂਹਾਂ 'ਚ ਪਏ ਨੇ ਇੱਕ ਅੱਛਾ ਇਨਸਾਨ ਹੋਣਾ ਵੱਡੀ ਗੱਲ ਆ ਗਾਇਕ ਬਹੁਤ ਹੋਣਗੇ ਅਦਾਕਾਰ ਫਨਕਾਰ ਬਹੁਤ ਹੋਣਗੇ ਚੰਗੇ ਵੀ ਹੋਣਗੇ ਪਰ ਇੱਕ ਇਨਸਾਨ ਹੋ ਜਾਣਾ ਇਸ ਦੁਨੀਆਂ 'ਚ ਅੱਜ ਦੇ ਯੁੱਗ 'ਚ ਉਹ ਬਹੁਤ ਵੱਡੀ ਪ੍ਰਾਪਤੀ ਸੀ ਸ਼ਿੰਦਾ ਭਾਅ ਜੀ ਦੀ ਉਹ ਬਹੁਤ ਵੱਡੀ ਪ੍ਰਾਪਤੀ ਇੱਕ ਤੂੰਬੀ ਦੇ ਉੱਤੇ ਬੀਨ ਵਜਾਣਾ ਮਤਲਬ ਇੱਕ ਕਿਹੇ 'ਚ ਕਲਾਕਾਰੀ ਹੁੰਦੀ ਹੈ ਮੈਂ ਜਦੋਂ ਵੀ ਉਹਨਾਂ ਨੂੰ ਮੈਂ ਇੱਕ ਵਾਰੀ ਫਰਮਾਇਸ਼ ਕੀਤੀ ਸੀ ਪੰਜਾਬੀ ਯੂਨੀਵਰਸਿਟੀ ਫੁਲਕਾਰੀ ਪ੍ਰੋਗਰਾਮ 'ਚ ਆਏ ਸੀ ਮੈਂ ਕਿਹਾ ਭਾਅ ਜੀ 2 ਊਠਾਂ ਵਾਲੇ ਨੇ ਲੁੱਟ ਕੇ ਸੇ ਸੱਸੀ ਦੀ ਲੈ ਗਏ ਉਹ ਤੂੰਬੀ ਨਾਲ ਸੁਣਾਓ ਜੀ ਤੂੰਬੀ ਨਾ ਮਿਲੀ ਜੀ ਸੀ ਨਹੀਂ ਫਿਰ ਤੂੰਬੀ ਮੰਗਾਈ ਗਈ ਜੀ ਪਕਾਇਆ ਜੀ ਉਸ ਤੋਂ ਬਾਅਦ ਕਹਿੰਦੇ ਬਈ ਮੇਰਾ ਜੋ ਵਾਅਦਾ ਤੇਰੇ ਨਾਲ ਅੱਜ ਤੋਂ ਬਾਅਦ ਤੂੰਬੀ ਮੇਰੇ ਨਾਲ ਰਹੂਗੀ ਅੰਦਕੇ ਵੀ ਹੁੰਦੀ ਹੈ ਜੀ ਉਸ ਦਿਨ ਪਤਾ ਨਹੀਂ ਕਿਉਂ ਸੀਨੀ ਨਾਲ ਜਾਂ ਮਜ਼ਾਕ ਕਰਦੇ ਸੀ ਤੇ ਫਿਰ ਜਦੋਂ ਉਹਨਾਂ ਨੇ ਮੈਨੂੰ ਸਟੇਜ ਤੋਂ ਦੇਖਣਾ ਜੇ ਵਿਆਹਾਂ ਦੇ ਅਖਾੜਿਆਂ 'ਚ ਮੇਲਿਆਂ 'ਚ ਕਿਤੇ ਵੀ ਮੈਂ ਪਹੁੰਚਣਾ ਤਾਂ ਉਹਨਾਂ ਨੇ ਗਾਣਾ ਵੀ ਕਈ ਵਾਰੀ ਰੋਕ ਕੇ ਉਹ ਗਾਣਾ ਜ਼ਰੂਰ ਗਾਉਣਾ ਮੇਰੇ ਲਈ ਤੇ ਬਸ ਯਾਦਾਂ ਨੇ ਠੀਕ ਹੈ ਚੰਗੀਆਂ ਯਾਦਾਂ ਨੇ ਮੇਰੇ ਲਈ ਸ਼ਿੰਦਾ ਭਾਅ ਜੀ ਮੇਰੀਆਂ ਯਾਦਾਂ 'ਚ ਅਮਰ ਨੇ ਮੇਰੇ ਵਾਸਤੇ ਬਹੁਤ ਚੰਗਾ ਗੂੜਾ ਭਰਾ ਵਿਛੜਿਆ ਔਰ ਕੋਈ ਗੱਲ ਨਹੀਂ ਜੇ ਰੱਬ ਦੀ ਰਜ਼ਾ ਸੀ ਤਾਂ ਮੈਂ ਇਹ ਕਹੂੰਗਾ ਕਿ ਚਾਹੇ ਰੋਂਦੇ ਹਾਂ ਪਰ ਹੱਸ ਕੇ ਤੋਰਾਂਗੇ ਕਿਉਂਕਿ ਬਾਈ ਨੇ ਬਹੁਤ ਪਵਿੱਤਰਤਾ ਵਾਲੀ ਜ਼ਿੰਦਗੀ ਜਿਉਈ ਹੈ